ਜਿਹੜੇ ਲੋਕਾਂ ਨੂੰ ਮੋਰਚੇ ਤੋਂ ਤੇ ਵਿਰੋਧੀਆਂ ਨੂੰ ਤਕਲੀਫ ਹੈ ਉਹ ਇਸ ਤਰ੍ਹਾਂ ਦੀਆਂ ਨੀਚ ਹਰਕਤਾਂ ਤੇ ਉਤਰਦੇ ਨੇ ਕਿ ਇਸ ਗੱਲ ਦਾ ਸਾਨੂੰ ਕੋਈ ਭੈ ਤਾਂ ਨਹੀਂ ਹੈ ਪਰ ਕੱਲ ਨੂੰ ਇਸ ਮੁੱਦੇ ਨੂੰ ਦਬਾਉਣ ਦੇ ਲਈ ਉਸ ਤਰੀਕਾ ਦੀਆਂ ਕੋਝੀਆਂ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਕਿ ਜਿਹੜੇ ਲੋਕਾਂ ਨੂੰ ਤਕਲੀਫ ਆ ਕਿਤੇ ਤਾਂ ਮੋਰਚਾ ਚੁਕਾਉਣ ਦੀਆਂ ਗੱਲਾਂ ਕਰਦੇ ਆ ਕਿਤੇ ਪੁਲਿਸ ਨੂੰ ਜਾ ਕੇ ਲਿਖਤੀ ਰੂਪ ਦੇ ਵਿੱਚ ਦਿੰਦੇ ਆ ਕਿਤੇ ਮੋਰਚਾ ਨਹੀਂ ਲੱਗਣਾ ਚਾਹੀਦਾ फरीदकोट के बैबल कलां च इंसाफ मोर्चा लगातार जारी है। बीती रात मोर्चे वाली थां ते खड़ी कार नूं टक्कर मारन दा मामला सामने आया है। घटना दीआं सारीआं तस्वीरां सीसीटीवी च कैद हो गईआं। मोर्चे ते बैठे सुखराज सिंह ने इस घटना नूं साजिश करार दित्ता है। वाहेगुरु जी का खालसा वाहेगुरु जी की फतेह। सीसीटीवी वीडियो विच जिवें तुसीं देखिआ कि रात तकरीबन 11 बजे अणपछाते व्यक्तियों वालों हजे तक जिहड़ी गड्डी का नंबर भी ट्रेस नहीं किया गया या ट्रेस नहीं होया दिखा नहीं है सीसीटीवी दे विच उहदे लई देख रहे हैं पर इस तरह दीआं कोझीआं हरकतां करन वाले दस रहे ने कि जिहड़े लोकां नूं मोर्चे तों ते विरोधियों नूं तकलीफ है वह इस तरह दीआं नीच हरकतां ते उतरदे ने। मैं इत्थे कहना चाहुंदा कि प्रशासन ਦੀ ਢਿੱਲ ਆ ਜਿਹੜੀ ਇੱਥੇ ਜ਼ਰੂਰ ਦਿਖਾਈ ਦਿੱਤੀ ਹੈ ਕਿਉਂਕਿ ਇਸ ਗੱਲ ਦਾ ਸਾਨੂੰ ਕੋਈ ਭੈ ਤਾਂ ਨਹੀਂ ਹੈ ਪਰ ਕੱਲ੍ਹ ਨੂੰ ਇਸ ਮੁੱਦੇ ਨੂੰ ਦਬਾਉਣ ਦੇ ਲਈ ਉਸ ਤਰੀਕਾ ਦੀਆਂ ਕੋਝੀਆਂ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਸੋ ਉਹ ਤੋਂ ਪੰਜਾਬ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਇੱਥੇ ਧਿਆਨ ਦਿੱਤਾ ਜਾਵੇ ਅਤੇ ਵਿਰੋਧੀਆਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦੇ ਹਾਂ ਕਿ ਜੇ ਕੁਛ ਕਰਨ ਦੀ ਹਿੰਮਤ ਰੱਖਦੇ ਸਾਹਮਣੇ ਲੋਕ ਛਿਪਕੇ ਵਾਲੀ ਗੱਲ ਨਹੀਂ ਰਹਿੰਦੀ ਤਾਂ ਇਹਦੇ 'ਚ ਜੇ ਗੱਲ ਕਰੀਏ ਕਿ ਜਿਹੜੇ ਲੋਕਾਂ ਨੂੰ ਤਕਲੀਫ ਆ ਕਿਤੇ ਤਾਂ ਮੋਰਚਾ ਚੁਕਾਉਣ ਦੀਆਂ ਗੱਲਾਂ ਕਰਦੇ ਆ ਕਿਤੇ ਪੁਲਿਸ ਨੂੰ ਜਾ ਕੇ ਲਿਖਤੀ ਰੂਪ ਦੇ ਵਿੱਚ ਦਿੰਦੇ ਆ ਕਿਤੇ ਮੋਰਚਾ ਨਹੀਂ ਲੱਗਣਾ ਚਾਹੀਦਾ ਸੋ ਇਹ ਦਾਇਰਾ ਉਹਨਾਂ ਦੇ ਆਸੇ ਪਾਸੇ ਵੀ ਘੁੰਮਦਾ ਅਤੇ ਦੂਸਰਾ ਜਿਹੜਿਆਂ ਨੂੰ ਸਜ਼ਾਵਾਂ ਦਵਾਉਣ ਦੇ ਲਈ ਮੋਰਚਾ ਚੱਲ ਰਿਹਾ ਸਾਡੀਆਂ ਮੰਗਾਂ ਸਾਫ਼ ਹੈ ਬੇਅਦਬੀ ਅਤੇ ਗੋਲੀਕਾਂਡ ਦੇ ਜਿਹੜੇ ਵੀ ਦੋਸ਼ੀ ਆ ਜਿੰਨੇ ਵੀ ਪੁਲਿਸ ਅਧਿਕਾਰੀ ਆ ਅਤੇ ਜਿੰਨੇ ਵੀ ਪੋਲੀਟੀਸ਼ੀਅਨ ਆ ਇਸ ਸਾਜ਼ਿਸ਼ ਦੇ ਪਿੱਛੇ ਉਹਨਾਂ ਦਾ ਹੱਥ ਹੋ ਸਕਦਾ ਹੈ क्योंकि देर रात नूं बंदा रुकदा है ललकार के देखदा है ते खड़ी गड्डी आ उहनां नूं इह लगदा हुंदा जिवें गड्डी दे विच बैठे आ उह खड़ी गड्डी दे विच गड्डी मारदे आ बैक करके गड्डी मारदे आ सो इस तरह दीआं जिहड़ीआं हरकतां तुसीं सीसीटीवी दे विच वी देखीआं पर असीं दो गल्लां च कहिंदे आ गुरु साहिब दे उत्ते पूर्ण भरोसा है माण है विश्वास है ते चढ़दी कला दे विच आ ते मोर्चा उन्ना समां लम्मा चलूगा जिन्ना समां ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਇਹ ਇਨਸਾਫ਼ ਮੋਰਚਾ ਜਾਰੀ ਹੈ। ਬੀਤੇ ਦਿਨੀ ਇਸੇ ਥਾਂ ਤੇ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਵੀ ਕੀਤਾ ਗਿਆ ਸੀ। ਬੇਅਦਬੀ ਮਾਮਲਿਆਂ ਦੇ ਰੋਸ ਵਜੋਂ ਲਗਾਏ ਗਏ ਧਰਨੇ ਤੇ ਬੈਠੇ ਦੋ ਵਿਅਕਤੀਆਂ ਦੀ ਗੋਲੀ ਚੱਲਣ ਕਰਕੇ ਜਾਨ ਚਲੀ ਗਈ ਸੀ। ਪੀੜਤ ਪਰਿਵਾਰਾਂ ਵੱਲੋਂ ਇਨਸਾਫ਼ ਲਈ ਇਹ ਮੋਰਚਾ ਲਗਾਇਆ ਗਿਆ ਹੈ। ਪਰ ਰਾਤ ਨੂੰ ਕਿਸਨੇ ਤੇ ਕਿਉਂ ਗੱਡੀ ਨੂੰ ਟੱਕਰ ਮਾਰੀ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਦੀਵਾਲੀ ਤੇ ਵਿਸ਼ਕਰਮਾ ਦਿਵਸ ਦੀਆਂ ਦਸ਼ਮੇਸ਼ ਮਲੇਰਕੋਟਲਾ ਸੁਪਰ ਸੀਡਰ ਐਂਡ ਕੰਬਾਈਨ ਹਾਰਵੈਸਟਰ ਵੱਲੋਂ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ।